ਗੁਰੂ ਸਾਹਿਬ ਦੇ ਬਿਰਾਜਮਾਨ ਰਹੇ ਹਾਂ, ਸਾਡੇ ਗਾਤਰੇ ਦੇ ਸਾਰੇ ਸ਼ਸਤਰ ਇੱਥੇ ਹਨ। ਇਸੇ ਤਰ੍ਹਾਂ ਜਦੋਂ ਸਰਧਾ ਭਾਵਨਾ ਦੇ ਨਾਲ ਆ ਕੇ ਸਾਡੇ ਗਾਤਰੇ ਦੇ ਸ਼ਸਤਰਾਂ ਦੇ ਦਰਸ਼ਨ ਕਰੋਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਤੁਹਾਨੂੰ ਪ੍ਰਾਪਤ ਹੋਏਗਾ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਫਿਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਸਤਿਗੁਰੂ ਮਹਾਰਾਜ ਜੀ ਦੇ ਗਾਤਰੇ ਦੇ ਸਾਰੇ ਸ਼ਸਤਰ, ਆਓ ਆਪਾਂ ਦਰਸ਼ਨ ਕਰੀਏ। ਬੋਰੇ ਸੋਨਿਹਾਰ ਕਿਹੈ ਸੈਫ, ਜੋ ਸਤਿਗੁਰੂ ਮਹਾਰਾਜ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ। ਇਹ ਹਨ ਦੋ ਚੱਕਰ ਜੋ ਦਸਤਾਰੇ ਉੱਪਰ, ਦਮਾਲੇ ਉੱਪਰ ਸਜਾਇਆ ਕਰਦੇ ਸਨ। ਇਹ ਹੈ ਚੱਕਰੀ ਜੋ ਦਸਤਾਰ ਦੇ ਹੇਠਾਂ ਕੇਸਾਂ ਦੇ ਜੂੜੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ ਜੋ ਦਸਤਾਰੇ ਉੱਪਰ, ਦਮਾਲੇ ਉੱਪਰ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਖੰਗਾ ਜਿਹਦੇ ਨਾਲ ਕੇਸ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਦੂਜਾ ਇਹਦਾ ਨਾਮ ਬਾਗ ਨਖੀ, ਸਤਿਗੁਰੂ ਜੀ ਕਮਰ ਤਸੇ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਸਤਿਗੁਰੂ ਜੀ ਕਮਰ ਤਸੇ ਸਜਾਇਆ ਕਰਦੇ ਸਨ। ਇਹ ਹੈ ਗੁਲੇਲਾ, ਜਿਹਦੇ ਨਾਲ ਬਾਲਾ ਪ੍ਰੀਤਮ ਬਾਲ ਸਤਿਗੁਰੂ ਜੀ ਬਾਲ ਅਵਸਥਾ ਵਿੱਚ ਚੋਜ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਨਗਨ ਵਾਸੀ ਬੀਬੀਆਂ ਜਲ ਭਰ ਕੇ ਵਾਪਸ ਕਰਦੀਆਂ, ਸਤਿਗੁਰੂ ਮਹਾਰਾਜ ਗੁਲੇਲੇ ਮਾਰ ਕੇ ਉਹਨਾਂ ਦੇ ਘੜੇ ਤੋੜ ਦਿੰਦੇ। ਜਦੋਂ ਲੋਹੇ ਪਿੱਤਲ ਦੇ ਘੜੇ ਰੋਣੇ ਸ਼ੁਰੂ ਹੋ ਗਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਲੋਹੇ ਦੇ ਤੀਰ ਬਣਾ ਲਏ। ਇਹ ਚਾਰ ਤੀਰ ਹਨ। ਇੱਕ ਬੀਬੀ ਜਲ ਦਾ ਘੜਾ ਲੈ ਕੇ ਜਾ ਰਹੀ ਸੀ, ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਇਧਰੋਂ ਮਾਤਾ ਜੀ ਬਾਹਰ ਨਿਕਲੇ, ਕੋਲ ਗਏ, ਕਹਿਣ ਲੱਗੇ, ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸਦੇ ਹੋ। ਗੁਰੂ ਜੀ ਕਹਿਣ ਲੱਗੇ, ਅਸੀਂ ਕੋਈ ਹਾਸੀ ਮਖੌਲ ਨਹੀਂ ਕਰ ਰਹੇ ਹਾਂ, ਇਹਦੇ ਘੜੇ ਵਿੱਚ ਜ਼ਹਿਰੀਲਾ ਸੱਪ ਸੀ, ਅਸਾਂ ਤੀਰ ਮਾਰ ਕੇ ਸੱਪ ਮਾਰਿਆ ਹੈ। ਜਦੋਂ ਵੇਖਿਆ ਸੱਪ ਦੀ ਸ੍ਰੀ ਤੀਰ ਦੀ ਮੁੱਖੀ ਨਾਲ ਵਿੰਨੀ ਹੋਈ ਸੱਪ ਮਰਿਆ ਹੋਇਆ ਹੈ, ਵੇਖ ਕੇ ਸਾਰਿਆਂ ਦਾ ਸਿਰ ਸਰਦਾ ਦੇ ਨਾਲ ਝੁਕਿਆ। ਮਾਤਾ ਜੀ ਨੇ ਬਚਨ ਕੀਤਾ, ਰੋਜ਼ ਦੇ ਅਲਾਂਬੇ ਠੀਕ ਨਹੀਂ, ਹੋਵੇ ਨਾ ਖੂਹ ਦਾ ਪਾਣੀ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਬਚਨ ਹੋਣ ਦੀ ਦੇਰ ਸੀ, ਖੂਹ ਦਾ ਪਾਣੀ ਬਿਲਕੁਲ ਖਾਰਾ ਹੋ ਗਿਆ। ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਇਹ ਤਾਂ ਚੰਗਾ ਨਹੀਂ ਹੋਇਆ, ਇਸੇ ਜਲ ਦੇ ਨਾਲ ਸਾਰੇ ਘਰ ਦੇ ਕਾਰਜ ਸਰਦੇ ਸਨ। ਬਚਨ ਕਰਦੇ ਹੋ, ਜਲ ਫਿਰ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ, ਜੋ ਬਚਨ ਹੋਣਾ ਸੀ ਹੋ ਗਿਆ, ਤੁਸਾਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ, ਅਜੇ ਨਹੀਂ ਕਾਫੀ ਸਮਾਂ ਪਾ ਕੇ। ਜਦੋਂ ਦੂਰੋਂ ਦੂਰੋਂ ਗੁਰੂ ਕੀਆਂ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਦੀ ਦਾਰ ਕਰਨ ਵਾਸਤੇ ਆਉਣਗੀਆਂ, ਇਹ ਜਲ ਫੇਰ ਮਿੱਠਾ ਹੋ ਜਾਏ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਜਲ ਬਿਲਕੁਲ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਭੁਲਾ ਲੈਂਦੀਆਂ।
ਇਹ ਹਨ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀਆਂ ਖੜਾਂ, ਆਓ ਆਪਾਂ ਦਰਸ਼ਨ ਕਰੀਏ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ, ਇਸ ਪਾਵਨ ਤਖਤ ਸਾਹਿਬ ਜੀ ਤੋਂ ਇਲਾਵਾ ਪੰਜ ਗੁਰਦੁਆਰੇ ਹੋਰ ਹਨ। ਗੁਰਦੁਆਰਾ ਬੜੀ ਸੰਗਤ ਘਾਟ, ਦੂਜਾ ਗੁਰਦੁਆਰਾ ਗੋਬਿੰਦ ਘਾਟ, ਤੀਜਾ ਗੁਰਦੁਆਰਾ ਬਾਲੀ ਰਾਮਾਇਣੀ ਸੰਗਤ, ਚੌਥਾ ਗੁਰਦੁਆਰਾ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ। ਇਹ ਹਨ ਸਤਿਗੁਰੂ ਜੀ ਦੇ ਹੁਕਮਨਾਮੇ। ਇਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਹੱਥਾਂ ਦੇ ਨਾਲ ਦਸ਼ਮੇਸ਼ ਜੀ ਦੇ ਅਵਤਾਰ ਵਧਾਈ ਦੀ ਖੁਸ਼ੀ ਦਾ ਹੁਕਮਨਾਮਾ। ਗੁਰੂ ਸਤ ਸਰਬੱਤ ਸੰਗਤ ਪਟਨੇ ਕੀ ਜਿਨ ਸਿੱਖ ਵਾਹਿਗੁਰੂ ਕੀਆ ਹੈ, ਇਸਕੇ ਮਨੋਰਥ ਪੂਰੇ ਹੋਣਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ, ਗੁਰੂ ਕੀ ਦਰਗਾਹ ਥਾਜ ਪਿਆ, ਪਿੱਛੇ ਸੇਵਾ ਕੀਤੀ ਸਭ ਥਾਜ ਪਈ, ਆਗੇ ਜੋ ਸੇਵਾ ਕਰੇਗਾ ਤਿਸਕਾ ਭਲਾ ਹੋ, ਸੰਗਤ ਕੇ ਰੁਜ਼ਗਾਰ ਨੂੰ ਬਰਕਤ ਹੋ। ਭਾਈ ਜੀ ਸੋ ਕੋ ਭੇਜਿਆ ਹੈ, ਪਟਨਾ ਗੁਰੂ ਕਾ ਘਰ ਹੈ, ਸੰਗਤ ਕਾ ਭਲਾ। ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ। ਇਸੇ ਤਰ੍ਹਾਂ ਹੋਰ ਹੁਕਮਨਾਮੇ ਹਨ। ਜਨਮ ਭੂਮੀ ਪਟਨਾ ਹੈ ਤੇਰੀ, ਮਹਿਮਾ ਮਹਾਂ ਬਿਲੋਕਣਗੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਵਿਰਾਜਮਾਨ, ਗੁਰਸਿੱਖ ਸੰਗਤਾਂ ਖਾਲਸੇ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ, ਸਤਿਗੁਰੂ ਜੀ ਨੇ ਬਚਨ ਕੀਤਾ, ਅਸੀਂ ਵੀ ਭਾਵ ਨਹੀਂ ਰੱਖਦੇ ਹਾਂ, ਸਾਡਾ ਤਖਤ ਅਤੇ ਹਰੀ ਮੰਦਰ ਪਟਨਾ ਹੈ। ਇਹ ਬਚਨ ਪੁਰਾਤਨ ਇਤਿਹਾਸਕ ਗ੍ਰੰਥਾਂ ਦੇ ਅੰਦਰ, ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਜਿਨ੍ਹਾਂ ਗ੍ਰੰਥਾਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਬਣਿਆ ਹੈ ਉਹਨਾਂ ਪ੍ਰਾਰਥਨਾ ਗ੍ਰੰਥਾਂ ਦੇ ਵਿੱਚ ਵੀ ਲਿਖੇ ਹੋਏ ਹਨ। ਵੈਸਾਖੀ ਕੀ ਸਾਖੀ ਰਹਿਤਨਾਮਿਆਂ ਅੰਦਰ ਵੀ ਪ੍ਰਾਰਥਨ ਲਿਖਤਾਂ ਮੌਜੂਦ ਹਨ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਾਡਾ ਤਖਤ ਅਤੇ ਹਰੀ ਮੰਦਰ ਪਟਨਾ ਹੈ।
ਫਿਰ ਸਤਿਗੁਰੂ ਜੀ ਨੇ ਆਪ ਆਪਣੀ ਰਸਨਾ ਤੋਂ ਇੱਥੇ ਆ ਕੇ ਹਾਜ਼ਰੀ ਭਰਨ ਦਾ ਦਰਸ਼ਨ ਕਰਨ ਦਾ ਮਹੱਤਵ ਦੱਸਿਆ। ਜਨਮ ਭੂਮੀ ਪਟਨਾ ਹੈ ਮੇਰੀ, ਮਹਿਮਾ ਮਹਾਂ ਵਿਰੋਕ ਕੀ, ਸਾਡੀ ਜਨਮ ਭੂਮੀ ਪਟਨਾ ਹੈ, ਇੱਥੇ ਆ ਕੇ ਦਰਸ਼ਨ ਕਰਨ ਦੀ ਬਹੁਤ ਵੱਡੀ ਮਹਿਮਾ ਹੈ। ਜਨਮ ਸਥਾਨੀ ਦਰਸ਼ਨ ਕਰ ਹੈ, ਜਨਮ ਜਨਮ ਕੇ ਕਲਮਲ ਹਰ ਹੈ। ਜੋ ਸਾਡੇ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆ ਕੇ ਦਰਸ਼ਨ ਕਰਨਗੇ, ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਪਾਪ ਦੋਸ਼ ਮਿਟਣਗੇ। ਸਤਿਗੁਰ ਕਹਿਓ ਜਨਮ ਸਥਾਨ, ਕਰੋ ਬੇਨਤੀ ਤਾਂ ਬਖਾਨ। ਸਤਿਗੁਰੂ ਜੀ ਨੇ ਕਿਹਾ ਸਾਡੇ ਜਨਮ ਸਥਾਨ ਤੇ ਜਾ ਕੇ ਅਰਦਾਸਾਂ ਬੇਨਤੀਆਂ ਕਰੋ। ਸਗਲ ਮਨੋਰਥ ਮਨ ਕੋ ਪੂਰਾ, ਥਾਪਨ ਕੀਨੋ ਅਪਨ ਪੂਰਾ, ਤੁਹਾਡੇ ਮਨ ਦੇ ਸਾਰੇ ਮਨੋਰਥ ਪੂਰੇ ਹੋਣਗੇ। ਇਸੇ ਤਰ੍ਹਾਂ ਹੀ ਖਾਲਸਾ ਪੰਥ ਦੀ ਸਿਰਜਣਾ ਵਾਲੇ ਦਿਨ 1699 ਵਿਸਾਖੀ ਦਾ ਦਿਹਾੜਾ, ਖਾਲਸਾ ਪੰਥ ਦੀ ਸਿਰਜਣਾ ਕਰਕੇ ਜਦੋਂ ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ, ਸਭ ਤੋਂ ਪਹਿਲਾ ਉਪਦੇਸ਼ ਇਹ ਦਿੱਤਾ ਕਿ ਅੱਜ ਤੋਂ ਤੁਮ ਸਭ ਕਾ ਜਨਮ ਪਟਨੇ ਕਾ ਵਾਸੀ ਅਨੰਦਪੁਰ ਬਤਾਈ। ਸੋ ਬਚਪਨ ਦੇ ਵਿੱਚ ਵੀ ਅਸੀਂ ਇਹੀ ਸੁਣਦੇ ਰਹੇ ਹਾਂ, ਬਾਅਦ ਦੇ ਵਿੱਚ ਇਹ ਥੋੜ੍ਹਾ ਤਖਤ ਪਟਨਾ ਸਾਹਿਬ ਦਾ ਮਾਣ ਘਟਾਉਣ ਵਾਸਤੇ ਜਾਂ ਕੀ ਭਾਵਨਾ ਸੀ ਉਹੀ ਲੋਕ ਜਾਣਦੇ ਹਨ। ਇਹ ਗੱਲ ਫਿਰ ਉਹ ਮੈਂ ਇਤਿਹਾਸ ਵਿੱਚੋਂ ਕੱਢਣੀ ਸ਼ੁਰੂ ਕਰ ਦਿੱਤੀ। ਫਿਰ ਵੀ ਲਿਖਾਰੀਆਂ ਨੇ ਇਸ ਨੂੰ ਕਈਆਂ ਨੇ ਲਿਖਿਆ, ਵਿਸਾਖੀ ਕੀ ਸਾਖੀ ਜਦੋਂ ਛਪੀ ਉਦੋਂ ਵੀ ਲਿਖਿਆ ਗਿਆ, ਤੇ ਜਦੋਂ ਦਾਸ ਨੇ ਕਈ ਬਹੁਤ ਮੁਖੀ ਜੋ ਅੱਜ ਸੰਸਾਰ ਤੇ ਨਹੀਂ ਹਨ ਉਹਨਾਂ ਨੂੰ ਕਿਹਾ ਵੀ ਆਹ ਦੇਖੋ ਲਿਖਿਆ ਹੈ, ਇਹਦੇ 'ਚ ਮੈਨੂੰ ਪਹਿਲੇ ਪਤਾ ਹੁੰਦਾ ਤੇ ਮੈਂ ਇਹ ਕਟਾ ਦੇਣਾ ਸੀ। ਦਾਸ ਨੇ ਕਿਹਾ ਵੀ ਇਹ ਚੰਗੀ ਗੱਲ ਹੈ ਵੀ ਤੁਹਾਨੂੰ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ। ਸੋ ਉਹ ਵਿਚਾਰ ਐਸਾ ਹੀ ਕੁਝ ਸੋਚ ਸੀ ਜਿਸ ਕਰਕੇ ਬਹੁਤ ਸਾਰੀਆਂ ਜੋ ਤਖਤ ਪਟਨਾ ਸਾਹਿਬ ਦੀ ਮਹਿਮਾ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ, ਡਬੋਇਆ ਗਿਆ। ਇੱਥੋਂ ਤੱਕ ਕਿ ਤਖਤ ਸ੍ਰੀ ਪਟਨਾ ਸਾਹਿਬ ਪੰਜਾਂ ਤਖਤਾਂ ਤੋਂ ਦੂਸਰਾ ਤਖਤ ਹੈ, ਪਰ ਤੁਸੀਂ ਹੁਣੇ ਵੀ ਦੇਖੋਗੇ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਤਖਤ ਪਟਨਾ ਸਾਹਿਬ ਨੂੰ ਤੀਜਾ ਜਾਂ ਚੌਥਾ ਜਾਂ ਕਈ ਵਾਰ ਪੰਜਵੀਂ ਥਾਂ 'ਤੇ ਇਸ ਨੂੰ ਲਿਖਦੇ ਹਨ। ਜਦੋਂ ਕਿ ਜਨਮ ਸਤਿਗੁਰੂ ਜੀ ਦਾ ਇੱਥੇ ਹੋਇਆ ਅਤੇ ਜਨਮ ਤੋਂ ਬਾਅਦ ਸਤਿਗੁਰੂ ਜੀ ਦੀ ਕਰਮ ਭੂਮੀ ਜੋ ਅਨੰਦਪੁਰ ਸਾਹਿਬ ਹੈ, ਅਤੇ ਅਨੰਦਪੁਰ ਸਾਹਿਬ ਪਹਿਲੇ ਲਿਖਦੇ ਹਨਗੇ ਅਤੇ ਪਟਨਾ ਸਾਹਿਬ ਬਾਅਦ ਵਿੱਚ ਲਿਖਦੇ ਨੇਗੇ। ਐਸੀਆਂ ਕੁਝ ਸਾਡੇ ਦਿਮਾਗ ਦੀਆਂ ਸੋਚਾਂ ਹਨ, ਪਰ ਕਲਗੀਧਰ ਪਾਤਸ਼ਾਹ ਦੀ ਆਪਣੀ ਮੌਜ ਹੈ। ਕਈ ਵਾਰ ਸੰਗਤਾਂ ਇਹ ਬਚਨ ਕਰਦੀਆਂ ਹਨ, ਦੱਸ ਰਹੀ ਕਹਿੰਦਾ ਵੀ ਦਸਵੇਂ ਪਾਤਸ਼ਾਹ ਦੀ ਮੌਜ ਸੀ, ਜਿੰਨਾ ਚਿਰ ਉਹਨਾਂ ਗੁਪਤ ਰਹਿਣਾ ਸੀ ਗੁਪਤ ਰਹੇ, ਜਦੋਂ ਉਹਨਾਂ ਨੇ ਪ੍ਰਗਟ ਹੋਣਾ ਸੀ ਤੇ 350 ਪ੍ਰਕਾਸ਼ ਗੁਰਪੁਰਬ ਤੇ ਐਸੇ ਉਹ ਪ੍ਰਗਟ ਹੋਏ ਸਾਰੇ ਸੰਸਾਰ ਨੂੰ ਪਤਾ ਲੱਗਿਆ। ਸੋ ਇਹ ਸਤਿਗੁਰੂ ਦਸ਼ਮੇਸ਼ ਦੀ ਆਪਣੀ ਵਡਿਆਈ ਹੈ। ਸੋ ਸਤਿਗੁਰੂ ਜੀ ਨੇ ਉਦੋਂ ਬਚਨ ਕੀਤਾ ਸੀ ਕਿ ਤੁਮ ਸਭ ਕਾ ਜਨਮ ਪਟਨੇ ਕਾ ਵਾਸੀ ਅਨੰਦਪੁਰ ਬਤਾਈ। ਰਹਿਤਨਾਮਿਆਂ ਵਿੱਚ ਜ਼ਿਕਰ ਆਇਆ ਹੈ ਪਟਨਾ ਜਨਮ ਅਨੰਦਪੁਰ ਵਾਸੀ, ਪ੍ਰਗਟਿਓ ਖਾਲਸਾ ਪੰਥ ਅਵਨਾਸ਼ੀ। ਸੋ ਐਸੇ ਦਸ਼ਮੇਸ਼ ਪਿਤਾ ਧਰਮ ਰੱਖਿਅਕ ਸਾਹਿਬ ਕਮਾਲ ਸਰਬੰਸ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਵਤਾਰ ਧਾਰਨ ਪ੍ਰਕਾਸ਼ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹਾਜ਼ਰੀਆਂ ਭਰਦੇ ਹੋਏ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਫੁੱਲਾਂ ਗਲਤੀਆਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।